पंजाब की एक कहावत है कि हाथी के दंद खाने कुछ होर ते दिखाउण नूं कुछ होर। यह अक्सर ही कहावत आपां सरकारां ते लागू करदे आं कि सरकारां जिहड़ियां कहिंदियां असीं धीआं दे हक च खड़े आं, चाहे उह सरकार श्रोमणी अकाली दल दी होवे जां कांग्रेस दी होवे ते जां हुण भगवंत मान दी सरकार होवे। पर अज एक अजिही पंजाब दी सताई हुई धी तिन्ना सरकारां तों तंग रही। कांग्रेस मौके भी दुखी सी, श्रोमणी अकाली दल मौके भी दुखी सी ते अज आम आदमी पार्टी मौके भी दुखी आ। वो धी कौन आ? वो धी है संदीप कौर महंत, निर्मला डेरा गालब रण सिंह दे विच, जिहड़े इस डेरे दे गद्दी नसीन आ। ते तंग करन वाले कौन ने? मौजूदा समें दीआं सरकारां। मैं सब तो पहला पहल करूंगी कि सीएम साहब नूं मिलिया जावे भगवंत मान जी नूं। अगर उत्थे मेरी सुनवाई हुंदी तां सारे नूं बेहतर, क्योंकि मैनूं उन्हां तों इंसाफ दी उम्मीद आ, नहीं तां फिर मैं हाई कोर्ट दा दरवाजा खड़काऊंगी। ਕਿਹਾ ਜਾਂਦਾ ਹੈ ਕਿ ਆਪਣੀਆਂ ਫੜ ਕੁੱਜੇ ਭਾਵਾਂ ਬਹਿ ਬਗਾਨੀਆਂ ਫੋਲਾ। ਢੱਲੇਬਾਜ਼ੀਆਂ ਕਮਾਉਣ ਦੇ ਲਈ ਕਈ ਲੋਕੀ ਗੁਰੂ ਮਹਾਰਾਜ ਨੂੰ ਵੀ ਬਦਨਾਮ ਕਰਨ ਲੱਗ ਜਾਂਦੇ। ਹੁਣ ਜਿਹੜਾ ਕਾਂਗਰਸੀ ਹੈਗਾ ਪਰਮਜੀਤ ਸਰਪੰਚ ਆ ਜੀ, ਅਤੇ ਉਹਦਾ ਜਿਹੜਾ ਹਸਬੈਂਡ ਆ ਜਗਦੀਸ਼ ਸ਼ਰਮਾ, ਉਹਨੇ ਕੁਛ ਕੁ ਐਲੀਗੇਸ਼ਨ ਚੱਕੇ ਮੇਰੇ ਪਿਤਾ ਗੁਰਦਰਸ਼ਨ ਸਿੰਘ ਜੀ 'ਤੇ ਅਤੇ ਮੇਰੀ ਮਾਤਾ ਮਹੰਤ ਅਮਰਜੀਤ ਕੌਰ 'ਤੇ, ਅਤੇ ਵੀ ਇਹ ਡੇਰੇ ਦੇ ਵਿੱਚ ਗੁਰੂ ਮਹਾਰਾਜ ਨੂੰ ਅੱਗ ਲਾਉਣ ਲੱਗੇ ਆ ਜੀ। ਇਹ ਪਹਿਲਾਂ ਸਵਿੱਚ ਆਫ ਕਰਦੇ ਸੀ, ਲਾਈਟ ਕੱਟ ਕਰ ਦਿੰਦੇ ਸੀ ਡੇਰੇ ਦੀ ਆਪਣੇ ਆਪ ਹੀ, ਬਟ ਇੰਨਾ ਕਿ ਇਹਨਾਂ ਨੇ ਆਪਦੇ ਪੈਰ ਮਜ਼ਬੂਤ ਕੀਤੇ ਹੋਏ ਸੀਗੇ ਵੀ ਹਾਂ ਉਹ ਤਾਂ ਬਾਹਰ ਆ, ਕਿਉਂਕਿ ਮਾਤਾ ਪਿਤਾ ਦੋਨੋਂ ਐਕਸਪਾਇਰ ਹੋ ਚੁੱਕੇ ਸੀ। ਇਹਨਾਂ ਨੇ ਇੱਕ ਪਲੈਨਿੰਗ ਕੀਤੀ ਹੋਈ ਆ ਵੀ ਆਪਾਂ ਜਦੋਂ ਇੱਕ ਵਾਰ ਕਬਜ਼ਾ ਕਰ ਲਿਆ ਜਾਂਦਾ ਇਹਨੂੰ ਆਪਾਂ ਟਰੱਸਟ ਬਣਾ ਲਾਂਗੇ, ਜਾਂ ਦੋ ਦੋ ਕਿੱਲੇ ਆਪਾਂ ਆਪਸ ਵਿੱਚ ਵੰਡ ਲਾਂਗੇ। ਪੰਜਾਬ ਰਿਸ਼ੀਆਂ ਮੁਨੀਆਂ ਅਤੇ ਯੋਧਿਆਂ ਦੀ ਪਵਿੱਤਰ ਧਰਤੀ ਆ, ਪਰ ਕਈ ਵਾਰ ਇਨਸਾਨ ਆ ਜਿਹੜੇ ਲੋਭ ਲਾਲਚ ਦੇ ਵਿੱਚ ਇਸ ਧਰਤੀ 'ਤੇ ਰਿਸ਼ੀਆਂ ਮੁਨੀਆਂ ਨੂੰ ਰਹਿਣ ਨਹੀਂ ਦਿੰਦੇ। ਔਰ MLA ਮੌਜੂਦਾ ਆਪਦੇ MLA ਆ ਹਲਕਾ ਜਗਰਾਉਣ ਦੇ ਸਰਬਜੀਤ ਕੌਰ ਮਾਣੂ, ਕਿ ਮੇਰੀ ਕੁਛ ਕੋਈ ਵੀ ਜਾਨੀ ਮਾਲੀ ਕਿਸੇ ਕਿਸਮ ਦਾ ਨੁਕਸਾਨ ਹੁੰਦਾ ਜਾਂ ਮੇਰੀ ਜਾਨ ਨੂੰ ਕੁਛ ਹੁੰਦਾ ਤਾਂ ਇਹ ਸਾਰੇ ਦੋਸ਼ੀ ਜ਼ਿੰਮੇਵਾਰ ਹੋਣਗੇ। ਸਤਿ ਸ਼੍ਰੀ ਅਕਾਲ ਜੀ, ਰੰਗਲਾ ਪੰਜਾਬ ਰੇਡੀਓ ਐਂਡ TV ਵੇਖ ਰਹੇ ਹੋ ਤੁਸੀਂ, ਅਤੇ ਮੈਂ ਹਾਂ ਪੱਤਰਕਾਰ ਰਣਜੀਤ ਸਿੰਘ ਰਾਣਾ। ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਨੇ ਨਸੀਬ ਸਿੰਘ ਬਿਰਕ। ਪੰਜਾਬ ਦੀ ਇੱਕ ਕਹਾਵਤ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਕੁਛ ਹੋਰ ਅਤੇ ਦਿਖਾਉਣ ਨੂੰ ਕੁਛ ਹੋਰ। ਇਹ ਅਕਸਰ ਹੀ ਕਹਾਵਤ ਆਪਾਂ ਸਰਕਾਰਾਂ 'ਤੇ ਲਾਗੂ ਕਰਦੇ ਹਾਂ ਕਿ ਸਰਕਾਰਾਂ ਜਿਹੜੀਆਂ ਕਹਿੰਦੀਆਂ ਅਸੀਂ ਧੀਆਂ ਦੇ ਹੱਕ 'ਚ ਖੜ੍ਹੇ ਹਾਂ, ਚਾਹੇ ਉਹ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਜਾਂ ਕਾਂਗਰਸ ਦੀ ਹੋਵੇ ਅਤੇ ਜਾਂ ਹੁਣ ਭਗਵੰਤ ਮਾਨ ਦੀ ਸਰਕਾਰ ਹੋਵੇ। ਜਿਹੜੀਆਂ ਸਰਕਾਰਾਂ ਬਣਦੀਆਂ ਅਕਸਰ ਇੱਕੋ ਹੀ ਨਾਰਾ ਹੁੰਦਾ ਕਿ ਧੀਆਂ ਦੇ ਹੱਕ ਲਈ ਅਸੀਂ ਹਮੇਸ਼ਾ ਉੱਚੇ ਪੱਧਰ 'ਤੇ ਜਾਣੀ ਕਿ ਪਹਿਲ ਦੇ ਆਧਾਰ 'ਤੇ ਆਵਾਂਗੇ ਸਰਕਾਰਾਂ ਕਹਿੰਦੀਆਂ ਅੱਗੇ। ਪਰ ਅੱਜ ਇੱਕ ਅਜਿਹੀ ਪੰਜਾਬ ਦੀ ਸਤਾਈ ਹੋਈ ਧੀ ਜਿਹੜੀ ਤਿੰਨਾਂ ਸਰਕਾਰਾਂ ਤੋਂ ਤੰਗ ਰਹੀ। ਕਾਂਗਰਸ ਮੌਕੇ ਵੀ ਦੁਖੀ ਸੀ, ਸ਼੍ਰੋਮਣੀ ਅਕਾਲੀ ਦਲ ਮੌਕੇ ਵੀ ਦੁਖੀ ਸੀ ਅਤੇ ਅੱਜ ਆਮ ਆਦਮੀ ਪਾਰਟੀ ਮੌਕੇ ਵੀ ਦੁਖੀ ਆ। ਉਹ ਧੀ ਕੌਣ ਆ? ਉਹ ਧੀ ਹੈ ਸੰਦੀਪ ਕੌਰ ਮਹੰਤ, ਨਿਰਮਲਾ ਡੇਰਾ ਗਾਲਬ ਰਣ ਸਿੰਘ ਦੇ ਵਿੱਚ, ਜਿਹੜੇ ਇਸ ਡੇਰੇ ਦੇ ਗੱਦੀ ਨਸੀਨ ਆ। ਅਤੇ ਤੰਗ ਕਰਨ ਵਾਲੇ ਕੌਣ ਨੇ? ਮੌਜੂਦਾ ਸਮੇਂ ਦੀਆਂ ਸਰਕਾਰਾਂ, ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਗਿਆ। ਅਕਸਰ ਡੇਰੇ ਦਾ ਵਿਵਾਦ ਕੀ ਆ ਪਹਿਲਾਂ ਉਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਹਾਂ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਤੁਹਾਡੇ ਕੋਲ ਡੇਰਾ ਵਾ? ਹਾਂਜੀ। ਡੇਰੇ ਦੇ ਤੁਸੀਂ ਮੁਖੀ ਹੋ? ਹਾਂਜੀ। ਇਹਦਾ ਵਿਵਾਦ ਕੀ? ਪਹਿਲਾਂ ਥੋੜ੍ਹੀ ਜਿਹੀ ਪਹਿਲਾਂ ਇਸ ਵਿਸ਼ੇ 'ਤੇ ਗੱਲ ਕਰੀਏ। ਵਿਵਾਦ ਇਹਦਾ ਜੀ, ਬਸ ਕੁਛ ਕੁ ਜਿਹੜੇ ਜਾਲੀ ਫਰਜ਼ੀ ਦਸਤਾਵੇਜ਼ ਬਣਾ ਕੇ ਕੁਛ ਘੁਮਾਉਂਦਾ, ਅਤੇ ਇੱਕ ਮੌਜੂਦਾ ਜਿਹੜਾ ਸਰਪੰਚ ਆ ਪਰਮਜੀਤ ਆ ਕਾਂਗਰਸੀ ਹੈ ਜੀ, ਉਹਦਾ ਹਸਬੈਂਡ ਆ ਜਗਦੀਸ਼ ਸ਼ਰਮਾ, ਅਤੇ ਨਾਲ ਉਹਦੇ ਪੰਜ ਚਾਰ ਬੰਦੇ ਪਿੰਡ ਦੇ ਹੋਰ ਵਾਲੇ ਹੋਏ, ਜਿਨ੍ਹਾਂ ਵਿੱਚ ਜਗਸੀਰ ਸਿੰਘ ਕਾਲਾ, ਹਰਮਿੰਦਰ ਸਿੰਘ ਬੱਲੂ ਆ, ਨਿਰਮਲ ਸਿੰਘ ਕਾਕਾ, ਅਤੇ ਇਹਨਾਂ ਨੇ ਨਾਲ ਪੰਜ ਚਾਰ ਪਿੰਡਾਂ ਦੇ ਹੋਰ ਮਹੰਤਰ ਲਾਏ ਹੋਏ, ਜਿਨ੍ਹਾਂ ਵਿੱਚ ਤੁਹਾਡੀ ਗੱਲ ਵਿੱਚ ਤੁਹਾਡਾ ਹੀ ਕਿਉਂ ਇਸ ਪਿੰਡ ਦੇ ਵਿੱਚੋਂ ਤੁਹਾਡੇ ਵਿਰੁੱਧ ਕਿਉਂ ਕੀਤਾ ਜਾ ਰਿਹਾ ਇਸ? ਇਹ ਸ਼ੁਰੂ ਤੋਂ ਜੀ ਪਹਿਲਾਂ ਮੇਰੀ ਮਦਰ ਨਾਲ ਵੀ ਕੇਸ ਚੱਲਿਆ ਸੀਗਾ ਕੁਛ ਕੁ ਲੋਕਾਂ ਦਾ, ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਕਿ ਇਕੱਲੀ ਹੈ, ਕਿਉਂਕਿ ਮੇਰੀ ਮਦਰ ਵੀ ਇਕੱਲੀ ਸੀਗੀ, ਉਹਨਾਂ ਦੇ ਕੋਈ ਭਰਾ ਨਹੀਂ ਸੀਗਾ, ਭੈਣ ਨਹੀਂ ਸੀ, ਇਕੱਲੀ ਸੀਗੀ ਉਹ ਵੀ। ਉਸ ਤੋਂ ਪਹਿਲਾਂ ਮੇਰੇ ਨਾਨੀ ਜੀ ਵੀ ਇਕੱਲੇ ਸੀ, ਉਹਨਾਂ ਦੇ ਵੀ ਕੋਈ ਬ੍ਰਦਰ ਨਹੀਂ ਸੀਗਾ, ਉਹਨਾਂ ਦੀ ਕੋਈ ਸਿਸਟਰ ਨਹੀਂ ਸੀ, ਕਿਉਂਕਿ ਇਕੱਲੀਆਂ ਲੇਡੀਜ਼ ਨੂੰ ਲੈ ਕੇ ਸ਼ਾਇਦ ਇਸ ਕਰਕੇ ਵੀ ਹਾਂ ਚਲੋ ਡੇਰੇ ਨੂੰ 11 ਕਿੱਲੇ ਜ਼ਮੀਨ ਆਉਂਦੀ ਆ ਵੀ ਅਸੀਂ ਡੇਰੇ ਨੂੰ ਕਿਸੇ ਤਰੀਕੇ ਨਾਲ ਹਥਿਆ ਲਈਏ। ਇਹ ਸਰ 100 ਸਾਲ ਤੋਂ ਸਥਾਪਿਤ ਆ ਜੀ, ਜਦੋਂ ਦਾ ਪਿੰਡ ਸਾਡੇ ਜਿਹੜੀ ਵਸੋਂ ਵਸਨੀਕ ਆ ਪੈਰਾਂ ਰਣਸੋ ਵਾਲੇ ਦੀ, ਉਹ ਵਸੋਂ ਬਾਅਦ 'ਚ ਹੋਈ ਹੈ ਸਥਾਪਿਤ, ਇੱਥੇ ਪਹਿਲਾਂ ਡੇਰਾ ਸਥਾਪਿਤ ਸੀਗਾ ਜੀ। ਹਾਂਜੀ, ਕਿਵੇਂ ਮਿਲਦੀ ਇਸ ਡੇਰੇ ਦੀ? ਇਹ ਜੀ ਮੇਰੇ ਪਹਿਲਾਂ ਮੇਰੇ ਦਾਦੇ ਪੜਦਾਦੇ ਸੀਗੇ ਇਹ ਡੇਰੇ ਦੇ ਮਹੰਤ ਆ ਜੀ, ਮੋਤਮਾ ਸੰਤ ਪ੍ਰਤਾਪ ਸਿੰਘ ਜੀ ਸੀਗੇ, ਉਹ ਸ੍ਰੀ ਪੰਚਾਇਤੀ ਖਾੜਾ ਕੰਖਲ ਹਰਦੁਆਰ ਦੇ ਕੋਠਾਰੀ ਵੀ ਰਹੇ ਆ ਜੀ। ਉਸ ਤੋਂ ਬਾਅਦ ਮੇਰੇ ਨਾਨਾ ਜੀ ਸੰਤ ਸਰਵਨ ਸਿੰਘ ਜੀ ਆ ਜੀ, ਫਿਰ ਮੇਰੀ ਨਾਨੀ ਜੀ ਆ ਪ੍ਰਕਾਸ਼ ਕੌਰ ਮਹੰਤ, ਫਿਰ ਉਹਨਾਂ ਤੋਂ ਬਾਅਦ ਉਹਨਾਂ ਦੀ ਡੈਥ ਤੋਂ ਬਾਅਦ ਹੈਗੇ ਮੇਰੇ ਮਾਤਾ ਮਹੰਤ ਅਮਰਜੀਤ ਕੌਰ ਜੀ, ਹੁਣ ਉਹਨਾਂ ਤੋਂ ਬਾਅਦ ਮੈਂ ਆ ਜੀ, ਮਹੰਤ ਸੰਦੀਪ ਕੌਰ। ਇੱਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ ਸੀ ਇਹਦੇ ਬਾਅਦ ਦੇ ਵਿੱਚ ਉਹਨਾਂ ਨੂੰ ਚੱਕ ਦਿੱਤਾ ਗਿਆ। ਹਾਂਜੀ 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 ਸਰ, 100 ਸਾਲ ਤੋਂ ਗੁਰੂ ਮਹਾਰਾਜ ਪ੍ਰਕਾਸ਼ ਸੀਗੇ ਇੱਥੇ, ਜਦੋਂ ਦਾ ਪਿੰਡ ਵੱਜਿਆ ਪਿੰਡ ਵੱਜਣ ਤੋਂ ਪਹਿਲਾਂ ਦੇ ਗੁਰੂ ਮਹਾਰਾਜ ਪ੍ਰਕਾਸ਼ ਸੀਗੇ, ਸੰਤ
ਸੰਤ ਪੂਰਨ ਸਿੰਘ ਜੀ, ਸੰਤ ਬੇਲਾ ਸਿੰਘ ਜੀ, ਸੰਤ ਦੇਵਾ ਸਿੰਘ ਜੀ, ਸੰਤ ਬ੍ਰਹਮ ਗਿਆਨੀ ਜੀ, ਚਾਰੇ ਮਹਾਪੁਰਸ਼ ਸੇਵਾ ਵੀ ਕਰਦੇ ਸੀਗੇ ਤੇ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਸੀਗਾ। ਸੇਵਾ ਵੀ ਕਰਦੇ ਸੀਗੇ ਉਹ ਇੱਥੇ ਤੇ ਡੇਰੇ ਦੀ ਮਤਲਬ ਸਾਂਭ ਸੰਭਾਲ, ਜ਼ਮੀਨ ਦੀ ਸਾਂਭ ਸੰਭਾਲ ਵੀ ਕਰਦੇ ਸੀਗੇ। ਤੇ ਕੀ ਹੋਇਆ 2019 ਦੇ ਵਿੱਚ, ਪਹਿਲਾਂ ਅੱਜ ਤੱਕ ਕਿਸੇ ਨੇ ਕੋਈ ਕਿੰਤੂ ਪਰੰਤੂ, ਸਰਪੰਚ ਤਾਂ ਸ਼ੁਰੂ ਤੋਂ ਹੀ ਰਹੇ ਆ ਪਿੰਡ ਦੇ ਜੀ, ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤੀ, ਗੁਰੂ ਮਹਾਰਾਜ ਤੇ ਕੋਈ ਉਂਗਲ ਨਹੀਂ ਉਠਾਈ, ਕਿਉਂਕਿ ਦਾਦੇ ਪੜਦਾਦੇ ਪੂਰੀ ਨੇਚਾ ਨਾਲ ਸੇਵਾ ਕਰਦੇ ਰਹੇ ਆ ਜੀ। ਹੁਣ ਜਿਹੜਾ ਕਾਂਗਰਸੀ ਹੈਗਾ ਪਰਮਜੀਤ ਸਰਪੰਚ ਆ ਜੀ, ਅਤੇ ਉਹਦਾ ਜਿਹੜਾ ਹਸਬੈਂਡ ਆ ਜਗਦੀਸ਼ ਸ਼ਰਮਾ, ਪਰਮਜੀਤ ਕੌਰ ਨਹੀਂ ਜੀ, ਪਰਮਜੀਤ ਹੀ ਲਿਖਦੇ ਆ ਉਹ, ਪਰਮਜੀਤ ਕੌਰ ਨਹੀਂ ਲਿਖਦੇ ਹੈਗੇ, ਉਹ ਪਰਮਜੀਤ ਲਿਖਦੇ ਆ ਕਿਉਂਕਿ ਉਹ ਹੈਗੀ ਆ ਬ੍ਰਾਹਮਣ ਬਰਾਦਰੀ ਆ। ਹਾਂਜੀ, ਤੇ ਉਹ ਕਹਿੰਦਾ ਵੀ ਉਹਨੇ ਕੁਛ ਕੁ ਐਲੀਗੇਸ਼ਨ ਚੱਕੇ ਮੇਰੇ ਪਿਤਾ ਗੁਰਦਰਸ਼ਨ ਸਿੰਘ ਜੀ ਤੇ ਮੇਰੀ ਮਾਤਾ ਮਹੰਤ ਅਮਰਜੀਤ ਕੌਰ ਤੇ, ਤੇ ਵੀ ਇਹ ਡੇਰੇ ਦੇ ਵਿੱਚ ਗੁਰੂ ਮਹਾਰਾਜ ਨੂੰ ਅੱਗ ਲਾਉਣ ਲੱਗੇ ਅਸੀਂ, ਮਤਲਬ ਐਲੀਗੇਸ਼ਨ ਲਾ ਕੇ, ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੇ ਸਤਿਕਾਰ ਕਮੇਟੀ ਨੂੰ 3 ਜੂਨ 2019 ਨੂੰ ਗੁਰੂ ਮਹਾਰਾਜ ਇੱਥੋਂ ਧੱਕੇ ਨਾਲ ਚੁਕਵਾ ਦੇ। ਕੁਛ ਨਹੀਂ ਜੀ, ਕੋਈ FIR ਨਹੀਂ ਕਰਵਾਈ ਉਹਨਾਂ ਨੇ, ਕੋਈ ਪ੍ਰੂਫ ਨਹੀਂ ਪੇਸ਼ ਕੀਤੇ, ਸਿਰਫ ਮੀਡੀਆ ਦੇ ਵਿੱਚ ਕਈ ਲਾ ਲਓ ਜਾਂ ਪ੍ਰਸ਼ਾਸਨ ਦੇ ਅੱਗੇ ਸਿਰਫ ਉਹਨਾਂ ਨੂੰ ਗੁੰਮਰਾਹ ਕਰਕੇ ਵੀ ਹਾਂ ਇੱਥੇ ਅਸੀਂ ਜਾਂ ਤਾਂ ਕੁਛ ਦੇਖਦੇ ਜਾਂ ਕੋਈ ਵੀਡੀਓ ਬਣਾਉਂਦੇ ਵੀ ਇੱਥੇ ਆਹ ਬੇਅਦਬੀ ਹੋ ਰਹੀ ਆ, ਜਾਂ ਅਸੀਂ ਅੱਗ ਲਗਾਉਂਦਿਆਂ ਨੂੰ ਦੇਖਿਆ, ਜਾਂ ਵੀ ਕਿਸੇ ਨੇ ਆਹ ਗਲਤੀ ਕੀਤੀ, ਜਾਂ ਕੋਈ ਪ੍ਰੂਫ ਜਾਂ ਕੋਈ ਫੋਟੋ ਜਾਂ ਕੋਈ ਰਿਕਾਰਡਿੰਗ ਕਿਸੇ ਟਾਈਪ ਦੀ ਹੁੰਦੀ ਜੀ, ਫਿਰ ਤਾਂ ਇਸ ਚੀਜ਼ ਨੂੰ ਕਹਿ ਸਕਦੇ ਬਸ ਪ੍ਰੈਸ਼ਰ ਲਾ ਲਓ, ਪੋਲੀਟੀਕਲ ਪ੍ਰੈਸ਼ਰ ਲਾ ਲਓ। ਆਪਣੀਆਂ ਧੜੱਲੇਬਾਜ਼ੀਆਂ ਕਮਾਉਣ ਦੇ ਲਈ ਕਈ ਲੋਕ ਗੁਰੂ ਮਹਾਰਾਜ ਨੂੰ ਵੀ ਬਦਨਾਮ ਕਰਨ ਲੱਗ ਜਾਂਦੇ। ਮੈਨੂੰ ਲੱਗਦਾ ਗਾਲ ਬਰਨ ਸਿੰਘ ਦੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਇਸ ਕਹਾਣੀ ਨਾਲ, ਆਪਾਂ ਦੇਖਦੇ ਹਾਂ ਨਾਲੋ ਨਾਲ ਕਿ ਅੱਗੇ ਕੀ ਹੋਇਆ ਸੀ। ਅੱਛਾ ਜੀ, ਹਾਂਜੀ, ਗੁਰੂ ਮਹਾਰਾਜ ਚੁਕਵਾਤੇ ਜਦੋਂ, ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ ਹਾਂ ਇਕੱਲੀਆਂ ਸਮਾਧਾਂ ਰਹਿੰਗੀਆਂ, ਫਿਰ ਇਹ ਆਪਦੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੀ ਡੇਰੇ ਦੇ ਵਿੱਚ ਐਂਟਰ ਹੋਣਾ ਇਹਨਾਂ ਨੇ ਬਾਰ ਬਾਰ, ਜਿਵੇਂ ਹੁਣ ਇੱਥੇ ਲੋਕ ਲਾਈ ਵਾਲੀ ਗੱਲ ਸੀ ਬਾਬਾ ਜੀ ਵਿੱਚ ਕੱਟ ਲਈ ਮੈਂ। ਹਾਂਜੀ, ਜਦੋਂ ਇੱਥੇ ਇੱਕ ਵੀਡੀਓ ਪਈ ਸੀ, ਉਹਦੇ ਵੀਡੀਓ ਵਿੱਚ ਲਿਖਿਆ ਗਿਆ ਸੀ ਕਿ ਇੱਥੇ ਤਾਲਾ ਲੱਗਿਆ ਹੋਇਆ ਤੇ ਗੁਰੂ ਸਾਹਿਬ ਅੰਦਰ ਸੀ, ਸੰਗਤਾਂ ਬਾਹਰੋਂ ਮੁੜ ਮੁੜ ਜਾਂਦੀਆਂ ਸੀ। ਹਾਂਜੀ, ਉਹ ਇਹ ਨਹੀਂ ਸੀਗਾ ਮੇਨ ਗੇਟ ਨੂੰ ਤਾਲਾ ਨਹੀਂ ਲੱਗਿਆ ਸੀਗਾ ਜੀ, ਕਿਉਂਕਿ ਮੇਰੇ ਨਾ ਡੇਰੇ ਦਾ ਮੀਟਰ ਆ ਜਿਹੜਾ ਉਹ ਜਾਲੀ ਦੇ ਅੰਦਰ ਆ ਜੀ ਸਾਹਮਣੇ, ਉਹਦੇ ਵਿੱਚ ਸਮਾਧਾਂ ਉਧਰਲੀ ਸਾਈਡ ਨੇ, ਕਿ ਮੇਰੇ ਜਿਹੜੇ ਕੈਮਰੇ CCTV ਕੈਮਰੇ ਡੇਰੇ ਦੇ ਵਿੱਚ ਲੱਗੇ ਹੋਏ ਆ ਸਾਰੇ ਦੇ ਵਿੱਚ, ਉਹ ਮੇਰੇ ਫੋਨ ਨਾਲ ਅਟੈਚ ਆ ਜੀ। ਹੁਣ ਜੇ ਕਿਤੇ ਹੁਣ ਮੈਂ ਆਪਦੇ ਕੇਸ ਦੇ ਮੈਟਰ ਦੇ ਵਿੱਚ ਜਾਂ ਪੁਲਿਸ ਪ੍ਰਸ਼ਾਸਨ ਕੋਲ ਜਾਂ ਮੈਂ ਆਪਦੇ ਘਰ ਦੇ ਘਰੇਲੂ ਕੰਮ ਦੀ ਖਾਤਰ ਮੈਂ ਕਿਤੇ ਬਾਹਰ ਗਈ, ਤਾਂ ਕੀ ਕਰਦੀ ਸੀ ਡੇਰੇ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ, ਪਹਿਲਾਂ ਇੱਕ ਬੰਦਾ ਨੋਰਮਲੀ ਕੋਈ ਗੱਲ ਪੁੱਛਣ ਲਈ, ਜਿਵੇਂ ਘਰ 'ਚ ਆਉਂਦਾ ਸੀ, ਮੇਰੀ ਭਰਜਾਈ ਸੀ, ਭਰਾ ਸੀਗਾ, ਇਹ ਪਹਿਲਾਂ ਸਵਿੱਚ ਆਨ ਸਵਿੱਚ ਆਫ ਕਰਦੇ ਸੀਗੇ ਜੀ, ਲਾਈਟ ਕੱਟ ਕਰ ਦਿੰਦੇ ਸੀ ਡੇਰੇ ਦੀ ਆਪਣੇ ਆਪ ਹੀ। ਬਟ ਇੰਨੇ ਕਿ ਇਹਨਾਂ ਨੇ ਆਪਦੇ ਪੈਰ ਮਜ਼ਬੂਤ ਕੀਤੇ ਹੋਏ ਸੀਗੇ ਵੀ ਹਾਂ ਉਹ ਤਾਂ ਬਾਹਰ ਆ, ਕਿਉਂਕਿ ਮਾਤਾ ਪਿਤਾ ਦੋਨੋਂ ਐਕਸਪਾਇਰ ਹੋ ਚੁੱਕੇ ਆ ਜੀ। ਉਹਨਾਂ ਨੇ ਕੀ ਕੀਤਾ, ਪਹਿਲਾਂ ਆ ਕੇ ਸਵਿੱਚ ਚੁੱਕਦੇ ਸੀ, ਮੈਂ ਸਵਿੱਚ ਚੁੱਕਣ ਦੀ ਮਾੜੀ ਨਹੀਂ, ਕਿਉਂਕਿ ਮੀਟਰ ਉੱਧਰ ਸੀਗਾ, ਮੈਂ ਉਹ ਜਾਲੀ ਵਾਲੇ ਗੇਟ ਨੂੰ ਤਾਲਾ ਲਾਤਾ ਤਾਂ ਕਿ ਮੇਰੇ CCTV ਚੱਲਦੇ ਰਹਿਣ, ਮੈਨੂੰ ਪਤਾ ਲੱਗਦਾ ਰਹੇ ਬਾਹਰ ਬੈਠੀ ਨੂੰ ਮੇਰੇ ਡੇਰੇ ਦੇ ਵਿੱਚ ਕੌਣ ਐਂਟਰ ਹੋਇਆ ਕੌਣ ਨਹੀਂ ਹੋਇਆ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਝੂਠੀਆਂ ਗੱਲਾਂ ਬਣਾ ਕੇ ਵੀ ਹਾਂ ਡੇਰੇ ਦੇ ਵਿੱਚ ਖਾਲੀ ਸੇਵਾ ਸੰਭਾਲ ਤੋਂ, ਜਾਂ ਵੀ ਅੱਕੀ ਹੋਈ ਆ, ਜਾਂ ਆਪ ਬਾਹਰ ਫਿਰਦੀ ਆ ਵੀ ਸਾਨੂੰ ਮੱਥਾ ਨਹੀਂ, ਅਸੀਂ ਟੇਕਣ ਜਾਣਾ ਵੀ ਸੰਗਤ ਇੱਥੋਂ ਮੁੜਦੀਆਂ, ਉਸ ਚੀਜ਼ ਨੂੰ ਇਹਨਾਂ ਨੇ ਬਣਾ ਕੁਛ ਹੋਰ ਦਿੱਤਾ, ਇਲਜ਼ਾਮ ਮੇਰੇ ਉੱਪਰ ਹੀ ਲਾਤਾ ਵੀ ਡੇਰੇ ਨੂੰ ਤਾਲਾ ਲਾ ਕੇ ਰੱਖ ਦਿਆ। ਜੇ ਮੈਂ ਡੇਰੇ ਨੂੰ ਤਾਲਾ ਲਾਉਣਾ ਹੁੰਦਾ ਜੀ ਮੇਨ ਗੇਟ ਨੂੰ ਲੱਗਦਾ ਜੀ, ਸਿਰਫ ਉਧਰਲਾ ਪੋਰਸ਼ਨ ਨਹੀਂ ਹੈਗਾ, ਜਾਂ ਜਿਹਨੇ ਜਿਹਦੀ ਸ਼ਰਧਾ ਭਾਵਨਾ ਸੱਚੀ ਹੋਵੇ ਜੀ, ਉਹ ਤਾਂ ਫਿਰ ਬਾਹਰ ਨਮਸਕਾਰ ਤਾਂ ਬਾਹਰੋਂ ਵੀ ਹੋ ਜਾਂਦੀ ਹੈ। ਮੈਂ ਸਿਰਫ ਹਾਂਜੀ, ਹੋਰ ਵੀਡੀਓ ਚੱਲੀ ਸੀ ਜਿਸ ਦੇ ਵਿੱਚ ਹਰਿਦੁਆਰ ਤੋਂ ਕੁਛ ਭਾਈ ਸਾਹਿਬ ਖੜੇ ਸੀ, ਉਹ ਤੁਹਾਡੇ ਖਿਲਾਫ ਬੋਲ ਰਹੇ ਸੀ ਵੀ ਇਹ ਮਹਾਨ, ਉਹ ਹਰਿਦੁਆਰ ਨੂੰ ਜੀ, ਉਹ ਹਰਿਦੁਆਰ ਤੋਂ ਨਹੀਂ ਹੈਗੇ, ਉਹ ਜਗਰਾਜ ਸਿੰਘ ਲੋਪੋ ਆ ਜੀ, ਲੋਪੋ ਦੇ ਵਿੱਚ ਲੰਗਰਾਂ ਵਾਲੇ ਆ ਜੀ, ਉਹ ਲੋਪੋ ਦੇ ਵਿੱਚ ਆਸ਼ਰਮ ਆ ਉਹਨਾਂ ਦਾ, ਉਹਨਾਂ ਦੇ ਨਾਲ ਜਗਤਾਰ ਸਿੰਘ ਸੈਕਟਰੀ ਖੜਾ ਇੱਕ, ਉਹ ਨੈਣੇ ਵਾਲੇ ਦਾ ਵਸਨੀਕ ਆ ਜੀ, ਹਾਲਾਂਕਿ ਉਹ ਦੱਸਦਾ ਆਪ ਨੂੰ ਮੈਂ ਜਗਰਾਜ ਸਿੰਘ ਸੈਕਟਰੀ ਪੰਚਾਇਤੀ ਅਖਾੜਾ ਕੰਕਲ ਹਰਿਦੁਆਰ ਦਾ ਵਸਨੀਕ ਦੱਸਦਾ। ਇੱਕ ਰੇਸ਼ਮ ਸਿੰਘ ਆ ਜੀ, ਉਹ ਵੀਡੀਓ ਦੇ ਵਿੱਚ ਮੌਜੂਦ ਨਹੀਂ ਹੈਗਾ, ਉਹ ਵੀਡੀਓ ਦੇ ਵਿੱਚ ਜਗਦੀਸ਼ ਸ਼ਰਮਾ, ਚਮਕੌਰ ਸਿੰਘ ਭਾਈ ਰੂਪਾ ਤੇ ਜਗਰਾਜ ਸਿੰਘ ਲੋਪੋ ਤੇ ਕੁਛ ਮਹੰਤ ਹੋਰ ਆ, ਉਹ ਸਾਰੇ ਆਪਣੇ ਆਪ ਨੂੰ ਦੱਸਦੇ ਕਿ ਅਸੀਂ ਹਰਿਦੁਆਰ ਤੋਂ ਆਏ ਹਾਂ, ਨਾ ਤਾਂ ਉਹਨਾਂ ਦੇ ਕੋਲ ਹਰਿਦੁਆਰ ਦੀ ਕੋਈ ਆਈਡੀਆ, ਨਾ ਉਹਨਾਂ ਦੇ ਕੋਲ ਕੋਈ ਉੱਥੋਂ ਦੀ ਕਮੇਟੀ ਆ, ਨਾ ਉਹਨਾਂ ਦੇ ਕੋਲ ਉੱਥੋਂ ਦੀ ਕੋਈ ਸੁਸਾਇਟੀ ਦਾ ਪੇਪਰ ਆ ਜੀ। ਮੇਰੇ ਕੋਲ ਸਾਰੇ ਜੋ ਸਾਡੇ ਹਰਿਦੁਆਰ ਦੇ ਜਿਹੜੇ ਮੁਖੀ ਆ, ਜਿਹੜੇ ਹੈੱਡ ਸਾਡੀ ਸੰਸਥਾ ਮੇਰਾ ਡੇਰਾ ਉਹਨਾਂ ਦੇ ਅੰਡਰ ਚੱਲਦਾ, ਉਹਨਾਂ ਦੇ ਜਿਹੜੇ ਮੁਖੀ ਆ ਜੀ, ਉਹ ਮੌਜੂਦਾ ਹੁਣ ਉੱਥੇ ਬਿਰਾਜਮਾਨ ਨੇ ਸਵਾਮੀ ਗਿਆਨ ਦੇਵ ਜੀ ਮਹਾਰਾਜ, ਤੇ ਕੋਠਾਰੀ ਜੀ ਹੈਗੇ ਆ ਜਸਵਿੰਦਰ ਸਿੰਘ ਜੀ ਸ਼ਾਸਤਰੀ ਜੀ, ਤੇ ਜਿਹੜੇ ਇਹ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ, ਇਹਨਾਂ ਨੇ ਜਾਲੀ ਦਸਤਾਵੇਜ਼ ਬਣਾਏ ਆਪਣੇ ਆਪ ਨੂੰ ਦੱਸਦੇ ਆ ਵੀ ਹਾਂ ਅਸੀਂ ਉੱਥੇ ਪੰਚਾਇਤੀ ਅਖਾੜਾ ਦਾ ਰੇਸ਼ਮ ਸਿੰਘ ਆਪਦੇ ਆਪ ਨੂੰ ਮੁਖੀ ਦੱਸਦਾ, ਹਾਲਾਂਕਿ ਉਹ ਰਹਿੰਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸ਼ੇਖਮਾ, ਉਹਦੇ ਆਪਣੇ ਡੇਰੇ ਦਾ 250 ਕਿੱਲਾ ਜ਼ਮੀਨ ਆ ਉਹਦੇ ਕੋਲ, ਹਾਲਾਂਕਿ ਹਾਲਾਂ ਵੀ ਇਹਨਾਂ ਦੀ ਭੁੱਖ ਪੂਰੀ ਨਹੀਂ ਹੁੰਦੀ ਹੈ ਕਿ ਇਹ ਉੱਧਰ ਨੂੰ ਕਿਉਂ ਭੱਜਦੇ ਆ, ਕਿਉਂਕਿ ਉੱਥੇ ਉਹਨਾਂ ਨੂੰ ਇਹ ਆ ਕਿ ਜਿਵੇਂ ਹੁਣ ਮੇਰੇ ਡੇਰੇ ਨੂੰ ਮੈਨੂੰ ਇਕੱਲੀ ਕਰਕੇ ਪੈ ਗਏ ਵੀ ਉੱਥੋਂ ਦੀਆਂ ਹਜ਼ਾਰ ਏਕੜ ਜ਼ਮੀਨ ਅਸਲ ਡੇਰੇ ਦਾ ਵਿਵਾਦ ਆ ਜਿਹੜਾ 10 ਕਿੱਲਿਆਂ ਦਾ ਤੁਹਾਡਾ। ਹਾਂਜੀ, 10 ਕਿੱਲਿਆਂ ਦਾ ਜ਼ਮੀਨ ਆ, ਬਸ ਜ਼ਮੀਨ ਆਉਂਦੀ, ਇਹਨਾਂ ਨੇ ਕੀ ਕੀਤਾ ਹੋਇਆ ਵੀ 2 ਕਿੱਲੇ ਤੂੰ ਲੈ ਲਈ, ਆਪਣੇ ਨਾਲ ਲੋਕਾਂ ਨੂੰ ਉਲਟਾ ਕਹਿੰਦੇ ਤਾਂ ਸਾਨੂੰ ਗਲਤ ਆ, ਮੇਰੇ ਪਰਿਵਾਰ ਨੂੰ ਗਲਤ ਕਹਿੰਦੇ ਆ, ਪਰ ਹਾਲਾਂਕਿ ਇਹਨਾਂ ਨੇ ਆਪਦੇ ਬੱਚੇ ਇਹਨਾਂ ਨੇ ਇੱਕ ਪਲੈਨਿੰਗ
ਇੱਥੋਂ ਤਾਂ ਸਾਡਾ ਕੀ ਹੁੰਦਾ ਕਿ ਜਦੋਂ ਗੁਰੂ ਆਪ ਬੈਠੇ ਹੁੰਦੇ ਆ ਤਾਂ ਉਹਨਾਂ ਦੀ ਜੇ ਉਹਨਾਂ ਨੇ ਅੱਗੇ ਕੋਈ ਚੇਲਾ ਥਾਪਿਆ ਜਾਂ ਆਪਣੀ ਔਲਾਦ ਨੂੰ ਥਾਪਿਆ, ਉਹਨਾਂ ਨੇ ਕੋਈ ਵੀ ਚੇਲਾ ਥਾਪਿਆ ਜਾਂ ਬਾਹਰਲਾ ਥਾਪਿਆ, ਉਹਨਾਂ ਦੀ ਡੈਥ ਤੋਂ ਬਾਅਦ ਹੀ ਅੰਤਕਾਲ ਚੜ੍ਹਦਾ ਜੀ। ਮੈਂ ਉਹਨਾਂ ਦੀ ਡੈਥ ਤੋਂ ਬਾਅਦ 9 ਸਤੰਬਰ 2020 ਨੂੰ ਡੀ ਸੀ ਸਾਹਿਬ ਦੇ ਲੁਧਿਆਣਾ ਮੈਂ ਐਪਲੀਕੇਸ਼ਨ ਦਿੱਤੀ ਸੀ ਅੰਤਕਾਲ ਐਜ਼ ਏ ਮੁਤਮਮ ਦਾ ਅੰਤਕਾਲ ਆਪਣੇ ਨਾਮ ਚੜ੍ਹਵਾਉਣ ਲਈ, ਕਿਉਂਕਿ ਡੇਰੇ ਦੀ ਐਜ਼ ਏ ਪ੍ਰਬੰਧਕ ਹੀ ਸ਼ੁਰੂ ਤੋਂ ਮੇਰੇ ਦਾਦੇ ਪੜਦਾਦੇ ਮੇਰੇ ਮਦਰ। ਹਾਂਜੀ ਹਾਂਜੀ, ਨਹੀਂ ਟਰੱਸਟ ਨਹੀਂ ਬਣਿਆ ਜੀ, ਮਤਲਬ ਡੇਰੇ ਦੇ ਅਸੀਂ ਸ਼ੁਰੂ ਤੋਂ ਐਕਚੁਅਲੀ ਸੇਠ ਦੀ ਜ਼ਮੀਨ ਇਹ ਜੱਦੂ ਹੀ ਸੀਗੀ ਪਹਿਲਾਂ ਜੀ। ਹਾਂਜੀ, ਡੇਰੇ ਦਾ ਕੁਛ ਮਤਲਬ ਕੁਛ ਹਿੱਸਾ ਸੀਗਾ ਜ਼ਮੀਨ ਦੇ ਵਿੱਚ। ਜ਼ਮੀਨ ਡੇਰੇ ਦੇ ਨਾਮ ਹੀ ਆ? ਹਾਂਜੀ, ਡੇਰੇ ਦੇ ਨਾਮ ਆ। ਐਜ਼ ਏ ਪ੍ਰਬੰਧਕ ਸਾਨੂੰ ਥਾਪਿਆ ਜਾਂਦਾ ਬਸਰੀ ਪੰਚਾਇਤੀ ਅਖਾੜਾ ਕਾ ਸੇਵਾਦਾਰ ਜਾਨੀ ਕਿ ਹੁੰਦਾ ਓਵਰ ਜ਼ਮੀਨ ਨੂੰ ਦੇਖ ਦੇਖ ਕਰਦਾ। ਹਾਂਜੀ, ਉਹ ਥਾਪਦੇ ਕੀ ਉਹਨੂੰ ਅਧਿਕਾਰ ਕੌਣ ਦਿੰਦਾ ਸ੍ਰੀ ਪੰਚਾਇਤੀ ਅਖਾੜਾ ਕੰਖਲ ਹਰਦੁਆਰ ਵਾਲੇ ਸਵਾਮੀ ਗਿਆਨਦੇਵ ਜੀ ਮਹਾਰਾਜ ਜਾਂ ਜਿਹੜੇ ਉਹਨਾਂ ਤੋਂ ਪਹਿਲਾਂ ਸੀਗੇ ਮੇਰੇ ਦਾਦੇ ਪੜਦਾਦਿਆਂ ਨੇ ਉਹਨਾਂ ਨੇ ਬਣਾਇਆ, ਜਾਨੀ ਉਹਨਾਂ ਦੀ ਅਥਾਰਟੀ ਸਾਨੂੰ ਮਿਲਦੀ ਹੈ ਫਿਰ ਅਸੀਂ ਐਜ਼ ਏ ਮੰਤਰੀ ਇੱਥੇ ਸੇਵਾ ਕਰਦੇ ਹਾਂ। ਇਹਨਾਂ ਨੇ ਕੀ ਕੀਤਾ, ਆਪਦੇ ਆਪ ਨੂੰ ਦੱਸ ਦੇਵੇ ਅਸੀਂ ਪੰਚਾਇਤੀ ਅਖਾੜਾ ਕੰਖਲ ਹਰਦੁਆਰ ਦੇ ਉੱਥੋਂ ਦੇ ਮੁਖੀ ਹਾਂ, ਕੋਈ ਦੱਸਦਾ ਮੈਂ ਸੈਕਟਰੀ ਹਾਂ, ਕੋਈ ਦੱਸਦਾ ਮੈਂ ਪ੍ਰਧਾਨ ਹਾਂ, ਕੋਈ ਦੱਸਦਾ ਕੁਛ ਆ, ਹਾਲਾਂਕਿ ਇਹ ਮੌਜੂਦ ਪੰਜਾਬ ਨੇ ਪੰਜਾਬ ਦੇ ਵਿੱਚ ਨੇ ਲੇਕਿਨ ਆਪਦੇ ਆਧਾਰ ਕਾਰਡ ਇਹਨਾਂ ਨੇ ਪਤਾ ਨਹੀਂ ਕਿੱਥੋਂ ਦੇ ਬਣਾਏ ਹੋਏ ਆ, ਮੌਜੂਦਾ ਉੱਥੇ ਕਾਬਜਿਆ ਸਵਾਮੀ ਗਿਆਨਦੇਵ ਜੀ ਮਹਾਰਾਜ। ਹਾਂਜੀ, ਇਹਨਾਂ ਨੇ ਆਪਣੇ ਮੇਰੇ ਅੰਤਕਾਲ ਨੂੰ ਰੋਕਣ ਦੀ ਖਾਤਰ ਕੀ ਕੀਤਾ ਵੀ 10 ਕਿੱਲਿਆਂ ਦਾ ਲਾਲਚ ਜਾਂ ਡੇਰੇ ਦਾ, ਹੁਣ ਦੇਖ ਲਓ ਤੁਸੀਂ ਡੇਰੇ ਦੀ ਮਤਲਬ ਕਿੰਨੇ ਕੁ ਵਕਵੇ ਚੋਲ ਫੈਲਿਆ ਹੋਇਆ। ਇਹਨਾਂ ਨੇ ਕੀ ਕੀਤਾ, ਜਾਲੀ ਦਸਤਾਵੇਜ਼ ਲਾਏ ਜੀ ਅੰਤਕਾਲ, ਇਹਨਾਂ ਨੇ ਬਾਰੇ ਬਾਰ ਕਮੇਟੀ ਬਣਾ ਲਈ ਮੇਰੇ ਡੇਰੇ ਦੀ, ਬਾਰੇ ਬਾਰ ਕਮੇਟੀ ਬਣਾ ਕੇ ਵੀ 5 ਮੈਂਬਰੀ ਕਮੇਟੀ ਪ੍ਰਬੰਧ ਕਰ ਰਹੀ ਆ। ਪਹਿਲਾਂ ਮੇਰੇ ਭਤੀਜਿਆਂ ਨੂੰ ਪੱਗ ਦਿੱਤੀ ਵੀ ਉਹਨਾਂ ਨੂੰ ਅਸੀਂ ਮਹੰਤ ਥਾਪਤਾ, ਕਮੇਟੀ ਪ੍ਰਬੰਧ ਕਰ ਰਹੀ ਆ 100 ਸਾਲ ਤੋਂ, ਹਾਲਾਂਕਿ ਡੇਰੇ ਦੀ ਸਾਡੇ ਦੀ ਕਦੇ ਕਿਸੇ ਵੀ ਡੇਰੇ ਦੀ ਜਿਹੜਾ ਪੰਚਾਇਤੀ ਅਖਾੜਾ ਕੰਕਲ ਹਰਦੁਆਰ ਦੇ ਅਧੀਨ ਚੱਲਦਾ ਉਹ ਕਿਸੇ ਵੀ ਡੇਰੇ ਦੀ ਕਮੇਟੀ ਨਹੀਂ ਬਣਦੀ। ਉਹਨਾਂ ਦਾ ਕੰਮ ਥੋੜ੍ਹਾ ਜਿਹਾ ਜੰਗੀ ਪੱਧਰ 'ਤੇ, ਉਹਨਾਂ ਦਾ ਲੈਵਲ ਵੱਡਾ, ਉਹ ਅਖਾੜੇ ਦੀ ਕਮੇਟੀ ਸਿਰਫ ਅਖਾੜੇ ਦੀ ਕਮੇਟੀ ਬਣਦੀ ਹੈ ਜੀ, ਡੇਰਿਆਂ ਦੀਆਂ ਕਮੇਟੀਆਂ ਨਹੀਂ ਬਣਦੀਆਂ। ਇਹਨਾਂ ਨੇ ਆਪਦੇ ਆਪ ਨੂੰ ਇੱਕ ਸਿੰਪਲ ਜੀ ਐਪਲੀਕੇਸ਼ਨ ਦਰਖਾਸਤ ਦੇ ਵਿੱਚ ਲਿਖਿਆ ਕਿ ਸਾਡੀ 5 ਮੈਂਬਰੀ ਕਮੇਟੀ ਆ, ਅਸੀਂ ਸੇਵਾ ਚਲਾ ਰਹੇ ਹਾਂ, ਮੇਰੇ ਭਤੀਜਿਆਂ ਨੂੰ ਇਹਨਾਂ ਨੇ ਮੰਤ ਥਾਪਤਾ। ਫਿਰ ਉਸ ਤੋਂ ਬਾਅਦ ਜਦੋਂ ਐਸ ਡੀ ਐਮ ਸਾਹਿਬ ਨਰਿੰਦਰ ਸਿੰਘ ਧਾਲੀਵਾਲ ਦੀ ਕੋਰਟ ਦੇ ਵਿੱਚ ਉਹ ਪੇਪਰ ਨਿਕਲ ਗਏ, ਉਸ ਤੋਂ ਬਾਅਦ ਇਹਨਾਂ ਨੇ ਧਰਮ ਸਿੰਘ ਨੂੰ ਖੜਾ ਕਰਤਾ। ਇਸ ਡੇਰੇ ਬਾਰੇ ਪਤਾ ਹੋਊਗਾ ਵੀ ਇਸ ਤਰੀਕੇ ਨਾਲ ਮਹੰਤ ਕੋਈ ਤੁਹਾਡੇ ਭਤੀਜਿਆਂ ਨੂੰ ਸਥਾਪ ਸਕਦੇ ਸੀ ਜਾਂ ਨਹੀਂ ਥਾਪ ਸਕਦੇ? ਨਹੀਂ ਥਾਪ ਸਕਦੇ ਜੀ ਸੀ। ਹਾਂਜੀ, ਕਿਉਂਕਿ ਮੇਰੇ ਦਾਦੇ ਪੜਦਾਦਿਆਂ ਨੂੰ, ਮੇਰੀ ਮਾਤਾ ਨੂੰ, ਮੇਰੇ ਨਾਨੀ ਜੀ ਨੂੰ ਔਰ ਮੇਰੇ ਨਾਨਾ ਜੀ ਨੂੰ ਜਾਂ ਜਿਹੜੇ ਮਹੰਤ ਪ੍ਰਤਾਪ ਸਿੰਘ ਜੀ ਆ ਉਹਨਾਂ ਨੂੰ ਅਖਾੜੇ ਵੱਲੋਂ ਹੀ ਮਹੰਤ ਥਾਪਿਆ ਗਿਆ ਸੀਗਾ ਅਤੇ ਮੈਨੂੰ ਵੀ ਉਹਨਾਂ ਵੱਲੋਂ ਹੀ ਥਾਪਿਆ ਗਿਆ, ਹੋਰ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿਉਂਕਿ ਇਹ ਡੇਰੇ 'ਚੋਂ ਕੱਢੇ ਗਏ ਆ ਜੀ। ਜੀ, ਤੁਸੀਂ ਇਸ ਸੰਬੰਧੀ ਕਿਤੇ ਬੈਠ ਕੇ ਇਹਨਾਂ ਨਾਲ ਰਾਬਤਾ ਕਾਇਮ ਗੱਲਬਾਤ ਕਰਨ ਦੀ ਕੋਸ਼ਿਸ਼? ਨਹੀਂ ਜੀ, ਕੋਈ ਲੈਣ ਦੇਣ ਹੀ ਨਹੀਂ ਵੀਰ ਜੀ, ਪਤਾ ਕੀ ਆ ਰੌਲਾ ਕੀ ਆ, ਇਹਨਾਂ ਨੂੰ ਹੈਗੇ ਲਾਲਚ ਵਧੇ ਹੋਏ, ਇਹਨਾਂ ਨੂੰ ਆਇਆ ਵੀ ਜਿੱਥੇ ਕੋਈ ਇਕੱਲਾ ਮਹੰਤ ਜਾਂ ਕੋਈ ਇਕੱਲਾ ਕੋਈ ਵਿਚਾਰਾ ਨਿਹੱਥਾ ਕੋਈ ਟੱਕਰਦਾ ਨਾ, ਉਹਨੂੰ ਪਹਿਲਾਂ ਡਰਾਉਂਦੇ ਤਾਂ ਮੁਕਾਉਂਦੇ ਆ ਜੀ। ਠੀਕ ਆ, ਮੇਰੀਆਂ ਹੁਣ ਗੱਡੀਆਂ ਦੇ ਪਿੱਛੇ ਕਰਦੇ ਆ, ਮੈਂ ਬਕਾਇਦਾ ਦਰਖਾਸਤਾਂ ਵੀ ਦਿੱਤੀਆਂ ਹੋਈਆਂ ਕੀ ਆ ਵੀ ਡਰਾਉਣ ਦੇ ਮਾਰੇ ਵੀ ਹਾਂ ਇਹ ਡਰ ਕੇ ਜਾਂ ਤਾਂ ਆਪਦੇ ਆਪ ਇਹਨੂੰ ਇਸ ਕਦਰ ਹੈਰਾਸ ਕਰ ਦਈਏ ਆਪਦੇ ਆਪ ਹੀ ਚੱਲੀ ਜਾਵੇ ਇਹ, ਜਾਂ ਫਿਰ ਸਾਡੇ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਕਰ ਲਵੇ, ਹਾਲਾਂਕਿ ਸਾਡਾ ਕੋਈ ਲੈਣ ਦੇਣ ਕਿਉਂਕਿ ਇਹ ਅਖਾੜੇ 'ਚੋਂ ਕੱਢੇ ਹੋਏ ਨੇ। ਤੁਸੀਂ ਇਸ ਪਿੰਡ ਦੀ ਪੰਚਾਇਤ ਨਾਲ ਰਾਬਤਾ ਕਾਇਮ ਕੀਤਾ ਹੋਵੇ, ਸਰਪੰਚ ਜਿਹੜੇ ਮੌਜੂਦਾ ਜਿਹੜੇ ਤੁਸੀਂ ਕਹਿ ਰਹੇ ਵੀ ਤੁਹਾਡੇ ਖਿਲਾਫ ਚੱਲਦੇ, ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ? ਨਹੀਂ ਜੀ, ਉਹਨਾਂ ਨਾਲ ਗੱਲਬਾਤ ਕਰਨ ਦਾ ਤਰੀਕਾ ਨਹੀਂ, ਉਹ ਤਾਂ ਕਹਿੰਦੇ ਸਾਨੂੰ ਸਿੱਧ ਪੱਧਰੇ ਆਪਦਾ ਡੇਰਾ ਦੇ ਦੇ, ਤੂੰ ਚਲੀ ਜਾ ਇੱਥੋਂ। ਮੈਂ ਉਹਨਾਂ ਨਾਲ ਗੱਲ ਵੀ ਕਿਸ ਤਰੀਕੇ ਨਾਲ ਕਰਾਂ, ਕਿਉਂਕਿ ਉਹਨਾਂ ਨੇ ਪ੍ਰੋਪੋਗੰਡਾ ਪਿੰਡ ਦੇ ਵਿੱਚ ਇੰਨਾ ਕੁ ਫੈਲਾ ਰੱਖਿਆ ਕਿ ਇਹਨੂੰ ਅਸੀਂ ਇੱਥੋਂ ਕੱਢ ਦੇਣਾ, ਅਸੀਂ ਆਪ ਇੱਥੇ ਟਰੱਸਟ ਬਣਾ ਕੇ ਰਹਿ ਲੈਣਾ। ਤੁਸੀਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ? ਹਾਂਜੀ, ਸਿਵਲ ਸੂਟ ਮੇਰਾ ਆਲਰੇਡੀ ਚੱਲ ਰਿਹਾ ਸਰ, 1919 'ਚ ਪਹਿਲਾਂ ਮੇਰੀ ਮਦਰ ਮਹੰਤ ਅਮਰਜੀਤ ਕੌਰ ਦਾ ਚੱਲਦਾ ਸੀਗਾ ਐਜ਼ ਏ LR ਐਜ਼ ਏ ਵਾਰਸ ਮੋਤਮ ਮਹੰਤ, ਉਹੀ ਕੇਸ ਉਹਨਾਂ ਦਾ ਸਟੇ ਵਾਲਾ ਮੇਰੇ ਅਧੀਨ ਚੱਲ ਰਿਹਾ, ਉਹ ਸਟੇ ਮੈਨੂੰ ਮਿਲੀ ਹੋਈ ਆ ਜੀ, ਜੋ ਹਲੇ ਵੀ ਚੱਲ ਰਿਹਾ। ਜਿਹੜੇ ਤੁਹਾਡੇ ਡੇਰੇ ਦੀ ਜ਼ਮੀਨ ਆ 10 ਕਿੱਲੇ, ਉਸ ਤੇ ਸਟੇ ਬੋਲਦੇ ਆ ਮਾਨਯੋਗ? ਹਾਂਜੀ ਹਾਂਜੀ ਹਾਂਜੀ, ਡੇਰੇ ਦੇ ਆ ਜਿਹੜਾ ਜਿੰਨਾ ਵੀ ਆ ਰਕਬਾ ਬਣਿਆ ਹੋਇਆ ਡੇਰੇ ਦਾ, ਇਹਦੇ ਉੱਪਰ ਅਲੱਗ ਸਟੇ ਆ ਜੀ, ਮੇਰੇ ਨਾਮ ਦੀ ਕੋਈ, ਮਹੰਤ ਸੰਦੀਪ ਕੌਰ ਦੇ ਨਾਮ ਦੀ, ਔਰ ਜ਼ਮੀਨ ਦੀ 11 ਕਿੱਲਿਆਂ ਦੀ ਅਲੱਗ ਸਟੇ ਆ। ਤੁਹਾਨੂੰ ਜ਼ਮੀਨ 'ਚ ਕੰਮ ਕਰਨ ਤੋਂ ਵੀ ਰੋਕਿਆ ਜਾ ਰਿਹਾ? ਹਾਂਜੀ, ਕੰਮ ਕਰਦੇ, ਮੈਂ ਆਪਣੀ ਜ਼ਮੀਨ ਦਾ ਲੈਵਲ ਕਰਵਾ ਰਹੀ ਸੀਗੀ 5x5 ਨੂੰ, 5x5y ਨੂੰ, ਤਾਂ ਇਹਨਾਂ ਨੇ ਕੀ ਕੀਤਾ 112 'ਤੇ ਕਾਲ ਕੀਤੀ ਹੈ ਜੀ ਇਹਨਾਂ ਨੇ, ਉਹ ਚੌਂਕੀ ਇੰਚਾਰਜ ਸਾਹਿਬ ਆਇਆ ਥਾਣੇ 'ਚੋਂ ਕਾਲ ਆਈ ਹੈ ਜੀ ਉਹਨਾਂ ਨੂੰ, ਫਿਰ ਉਹਨਾਂ ਨੇ ਮੇਰਾ ਟਰੈਕਟਰ, ਉਹਦਾ ਟਰੈਕਟਰ ਦਾ ਡਰਾਈਵਰ ਔਰ ਮਸ਼ੀਨ ਉਹ ਫੜ ਕੇ ਉਹਨਾਂ ਨੇ ਸਵੇਰ ਤੋਂ ਲੈ ਕੇ 8:30 ਉਹਨਾਂ ਨੇ ਮਸ਼ੀਨ ਫੜੀ ਆ, ਅਤੇ ਸ਼ਾਮ ਦੇ 7:30 ਉਹਨਾਂ ਨੇ ਸਣੇ ਡਰਾਈਵਰ ਉਦੋਂ ਤੱਕ ਚੌਂਕੀ ਦੇ ਵਿੱਚ ਬੰਦ ਰੱਖਿਆ ਜੀ ਉਹਨਾਂ ਨੂੰ। ਕਾਰਨ ਕੀ? ਬਸ ਵੀ ਜਦੋਂ ਤੱਕ ਉਹਨਾਂ ਨੇ ਕੀ ਉੱਥੇ ਮੈਂਸ਼ਨ ਕੀ ਕੀਤਾ, ਸਾਡਾ ਰੌਲਾ ਚੱਲਦਾ ਹੈ ਜ਼ਮੀਨ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦੀ, ਹਾਲਾਂਕਿ ਕੋਰਟ ਵੱਲੋਂ ਉਹ ਐਕਸਪਰਟੀ ਹੋ ਚੁੱਕਿਆ ਜੀ ਸਾਰਾ, ਜਗਦੀਸ਼ ਸ਼ਰਮਾ ਹੁਣ ਜਿੰਨੇ ਵੀ ਇਹਨਾਂ ਦੇ ਨਾਲ, ਹਾਂਜੀ ਉੱਥੇ ਲੈਵਲ ਚੱਲ ਰਿਹਾ ਸੀਗਾ ਅੱਜ ਤੋਂ 4 ਦਿਨ ਪਹਿਲਾਂ, ਹੁਣ ਦੁਬਾਰਾ ਫਿਰ ਇਹਨਾਂ ਨੇ ਉੱਥੋਂ ਟਰੈਕਟਰ ਰੁਕਵਾਏ ਆ ਜੀ। ਹਾਂਜੀ, ਉਸੇ ਥਾਣ ਜਾ ਮੇਰੀਆਂ ਦਰਖਾਸਤਾਂ ਜੋ ਮੈਂ ਦੇ ਰਹੀ ਹਾਂ, ਮੈਂ ਆਪਦੇ ਡਾਕੂਮੈਂਟ ਵੀ ਦਿੱਤੇ ਆ, ਸਟੇ ਦੇ ਪੇਪਰ ਵੀ ਦਿੱਤੇ ਆ, ਉਹਨਾਂ ਦੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪ੍ਰਸ਼ਾਸਨ ਨੇ ਕੋਈ ਕਾਰਜ ਜਾਰੀ ਕੀਤੀ? ਨਾ ਜੀ, ਕੁਛ ਨਹੀਂ ਕੀਤਾ ਜੀ, ਸਿਰਫ ਮੈਨੂੰ
कानून साहब मिल सकता। अगर भी कहा कि मेरे नाल बैठे जो गल कर रहे थे, यह भी कहा कि जेडे उस दिन वीडियो के जो कहते निर्मला ज हरिद्वार के सी उन्होंने भी कोई 420 का मुकदमा दर्ज। हाँ जी हाँ जी, उन्होंने की किया जी एकड़ कल हरिद्वार के साडे पंचायती खड़ा कंखल हरिद्वार की जमीन आ जी 1000 एकड़ जमीन आ। ये पहला जेडे जगराज सिंह लुप्पो आ, जगतार सिंह नैणे वाले तो आ, हाकम सिंह गंडा सिंह वाले आ, यह पहला साढ़े अखाड़े के इन्हें सके महंत से उन्होंने वालों। इन्होंने की किया जिम्मे हूँ मेरी जमीन का इन्होंने लालच बने हुए, इन्होंने उत्थे बैठे बैठे भी लालच पैदा हो गया भाई सानू, उन्होंने इन्होंने दबाव बनाना शुरू किया भी कुछ के हिस्से जमीन साढ़े नाम लाई जाए। वो कहते भी अखाड़ा होया ज निर्मले डेरे हुए इन दिन जमीन किसी के नाम नहीं होंगे, तुम एज ए प्रबंधक एज ए महंत इतने सेवा कर सकते हो पर तुम्हें मालिक किसी ने नहीं बनाना, क्योंकि ना जमीन पलैज होंगी है जी, ना इस जमीन पर लोन लिया जाता। इस मतलब इस तरीके चलते वो उन्होंने बागी हो गए, उन्होंने की किया कब्जा कर नजायज़ कब्जा करने की कोशिश की, जिम्मे कि हम मेरे डेरे की जमीन चाले आ भी जमीन वेली हो कम उस चलन नहीं देवे, शायद इस हथकंडे अपना शायद हम औरतों मूहे कर आमने सामने बिठा के किया गलबात कोई मेरे सामने आते नहीं जी, कोई एक बार एक दो बार हुए आ जी चांस, बस वो अपने डॉक्यूमेंट देने जैसे जी हरिद्वार तो, हालांकि वो हरिद्वार तो नहीं है जी, एड्रैस उन्होंने मेरे को मौजूद ने, नंबर उन्होंने मौजूद ने, वो पंजाब की वसनीक जी, पहले वो दस दे आपदे आप पेश की करते भी असं हरिद्वार तो, हरिद्वार तो जोड़े आए थे साढ़े महापुरुष आए थे जसविंदर सिंह जी, कुठारी शास्त्री जी, तो महंत स्वामी ज्ञानदेव जी महाराज जी, उन्होंने जोड़े उत्थों जी सोसायटी बनी हुई है उन्होंने DSP गुरविंदर सर के बयान हो चुके हैं जी, उन्होंने अपन सोसायटियाँ आधार कार्ड उतों की रजिस्टर्ड जो उन्होंने सोसायटी वाले मैंबरशिप वाले जो बनया हुआ वो नाल देख गए थे भी मौजूदा कागज असं उत्थे हाँ और साढ़े अधीन ही सारे निर्मले डेरे चल रहे हैं जी। हाँ जी, पंजाब ऋषिया मुनिया तो योध्या की पवित्र धरती है, पर कई बार इंसान आ जोड़े लोभ लालच के बच्चे इस धरती से ऋषिया मुनिया रहन नहीं देंगे। इस कहानी बच्चे जी गाल ब्रह्म सिंह के निर्मला डेरे में होर नवे मुड़ किन्ने कौन गए वो भी तुहाडे सन्मुख लैके हाजिर होवांगे। हाँ जी, मैं आखिर के यही कहना चाहनी हाँ, महंत संदीप कौर चेला महंत अमरजीत कौर डेरा निर्मला समाज संत पूरन सिंह पिंड गल ब्रह्म सिंह भी इन्ना क मैनू धक्के ऑलरेडी मेरिया 2019 तो लैके 2022 के टोटल मेरिया 12 दरखास्त हो चुकी और किन्ने अफसर इतने आके चले गए ट्रांसफर हो चुके, लेकिन मेरी किसी भी दरखास्त अज तक कोई कार्रवाई नहीं हुई 2019 तो लैके सेम यही लोग जोड़े मेरे शुरू तो खिलाफ ने, मतलब 2019 तो लैके हूँ तक अज भी उ ने कल इन्हों की गिणती के वाधा हो रहा, क्योंकि मेरे मैनू हैरासमेंट कर रहे हैं भी कल किसी किस्म का मेरा कोई जानी माली नुकसान ज मेरे डेरे के कोई यह जी नजायज़ कार्रवाई कर देने ये ज मेरे उपर कोई झूठी कार्रवाई कर दे तो वे जिन्हों दोषियों का मैं नाम लिया जिन्हों में मैं दोबारा रिपीट करना चाहनी हाँ, जगराज सिंह लुप्पो, जगदीश सिंह शर्मा, जगदीश शर्मा उसकी वाइफ परमजीत मौजूदा सरपंच आ, जगसीर सिंह काला, हरमंदर सिंह बल्लो, निर्मल सिंह काका, चमकौर सिंह भाई रूपा, रेशम सिंह सेखवा, जगतार सिंह नैणे वाला, बलजिंदर सिंह कौंगे जो कि मैडम सरबजीत कौर माणुके का जी रिश्तेदार आ, और MLA मौजूदा आप दे MLA आ हलका जगराउं दे सरबजीत कौर माणुके, मेरे कुछ कोई भी जानी माली किसी किस्म का नुकसान होंदा जां मेरी जान नूं कुछ होंदा तां ये सारे दोषी जिम्मेवार होंगे। हाँ जी, मैं बेनती करती हूँ कि अगर मैनू जगराउं प्रशासन तो जगराउं सिविल अफसरों तो मैनू इंसाफ नहीं मिलता तो मैं अपने हक सच की लड़ाई, क्योंकि मैं सही हाँ जी, और मेरे ख्याल के भी मैं अपने पेपरों में ज अपनी महंती दे मैं कोई यहोजा कोई पेपर नहीं लाया है भी जो सब्त हो जाए, मैं अपने हक सच की लड़ाई लड़न मजबूत हाँ, और पहला मैं सब तो पहला पहल करूँगी CM साहब न मिलया जाए भगवंत मान जी, अगर उत्थे मेरी सुनवाई होंगी तो सारे बेहतर, क्योंकि मैं उन्होंने तो इंसाफ की उम्मीद आ, नहीं तो फिर मैं हाईकोर्ट का दरवाजा खड़काऊंगी। जदों इस संबंधी साढ़े पत्रकार ने वक् वक् पार्टियां का पक्ष लैन की कोशिश की तो कई पार्टियां के फोन नहीं लगे, कई पार्टियां ने पत्रकार का फोन भी नहीं चक्या।